ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਦੇ ਨਾਲ ਸੇਵ ਗੁਰਦੁਆਰਾ ਐਂਡ ਟੈਂਪਲਸ ਆਫ ਪਾਕਿਸਤਾਨ ਪੰਜਾਬ ਵਿੱਚ ਹੈਰੀਟੇਜ ਆਫ ਪਾਕਿਸਤਾਨ ਇਹ ਉਹ ਵਾਲੇ ਜਿਹੜੇ ਨੇ ਦਾਨ ਨੇ ਜਿਹੜੇ ਜਿੱਤ ਕੇ ਆਏ ਨੇ ਜਿਹੜੇ ਬਲਦ ਨੇ ਉਹ ਜਿਹੜੇ ਨੇ ਕਿ ਇਹਨਾਂ ਨੇ ਇਨਾਮ ਜਿੱਤਿਆ ਇਹ ਉਹ ਜੋੜੀ ਹੈ ਬਲਦਾਂ ਦੀ ਬਹੁਤ ਮੁਸ਼ਕਿਲ ਨਾਲ ਇਹਨਾਂ ਨੂੰ ਖਿਲਾਰਿਆ ਜਾ ਰਿਹਾ ਔਰ ਇਨਾਮ ਯਾਫਤਾ ਜੋੜੀ ਹੈ ਇਹ ਬਲਦਾਂ ਦੀ ਜੋੜੀ ਇੱਕ ਬਲਦਾਂ ਦੀ ਜੋੜੀ ਅਤੇ ਇੱਕ ਤਲਵਾਰ ਕਮਾਨੀ ਨੇ ਹਾਂ ਜਦੋਂ ਬਾਅਦ ਬਿਲਕ ਜਾਂਦੇ ਨੇ ਅਤੇ ਇਹ ਕੁਝ ਹੁੰਦਾ ਸਿਕਿਉਰਿਟੀ ਵਾਸਤੇ ਪੁਲਿਸ ਵੀ ਹੈ ਪੁਲਿਸ ਦੀਆਂ ਗੱਡੀਆਂ ਵੀ ਗਸ਼ਤ ਕਰ ਰਹੀਆਂ ਨੇ ਕਿ ਕਿਸੇ ਨੂੰ ਆਉਣ ਵਾਲੇ ਨੂੰ ਜਿਹੜਾ ਇਹ ਲੋਕ ਦੜਾ ਦੜ ਖਚਾ ਖਚ ਜਿਹੜੇ ਨੇ ਆ ਰਹੇ ਨੇ ਮੇਲਾ ਦੇਖਣ ਵਾਸਤੇ ਇਹ ਬਲਦ ਜਿਹੜੇ ਨੇ ਦੌੜ 'ਚ ਜਾਣ ਤੋਂ ਪਹਿਲੇ ਬਲਦਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਖਿਦਮਤ ਕੀਤੀ ਜਾ ਰਹੀ ਹੈ ਸੇਵਾ ਕੀਤੀ ਜਾ ਰਹੀ ਹੈ ਬਲਦਾਂ ਦੀ ਇਹ ਬਲਦ ਜਿਹੜੇ ਨੇ ਸਾਰਾ ਸਾਲ ਸਿਰਫ ਦੌੜ ਵਾਸਤੇ ਤਿਆਰ ਕੀਤੇ ਜਾਂਦੇ ਨੇ ਔਰ ਇਹਨਾਂ ਨੂੰ ਜਿਹੜਾ ਉਹ ਤਿਆਰੀ ਕੀਤੀ ਜਾਂਦੀ ਇਹਨਾਂ ਦੀ ਖਿਦਮਤ ਕੀਤੀ ਜਾਂਦੀ ਫਿਰ ਜਾ ਕੇ ਦੌੜ ਵਾਸਤੇ ਤਿਆਰ ਹੁੰਦੇ ਨੇ ਕੁਝ ਦੌੜ ਨੂੰ ਪੂਰੀ ਕਰਦੇ ਨੇ ਔਰ ਕੁਝ ਨਹੀਂ ਪੂਰੀ ਕਰ ਪਾਉਂਦੇ ਇਹ ਦੇਖੋ ਇਹ ਬਲਦ ਨੇ ਇਹ ਮੁਖਤਲਿਫ ਇਲਾਕਿਆਂ ਤੋਂ ਪੰਜਾਬ ਦੇ ਮੁਖਤਲਿਫ ਸ਼ਹਿਰਾਂ 'ਚੋਂ ਜਿਹੜੇ ਨੇ ਇੱਥੇ ਲੋਕ ਆਉਂਦੇ ਨੇ ਦੌੜਾਂ ਵਾਸਤੇ ਆਉਂਦੇ ਨੇ ਔਰ ਹਰ ਇੱਕ ਦਾ ਇੱਕ ਤੋਂ ਇੱਕ ਸੋਹਣਾ ਜਾਨਵਰ ਹੈ ਇੱਕ ਤੋਂ ਇੱਕ ਖੂਬਸੂਰਤ ਬਲਦ ਹੈ ਇਹ ਦੇਖੋ ਕਿਸ ਕਦਰ ਪਿਆਰਾ ਬਲਦ ਹੈ ਇਹਨੂੰ ਡੈਕੋਰੇਟ ਕੀਤਾ ਹੋਇਆ ਬਲਦ ਨੂੰ ਇਹਨੂੰ ਤਾਜ ਪਵਾਏ ਹੋਏ ਨੇ ਖੂਬਸੂਰਤੀ ਦੇਖੋ ਤੁਸੀਂ ਇਹਦੀ ਤਾਜ ਲਾਏ ਨੇ ਇਹਨੀਆਂ ਖੂਬਸੂਰਤੀਆਂ ਕੀਤੀਆਂ ਨੇ ਇਹ ਦੌੜ ਵਾਸਤੇ ਤਿਆਰ ਕੀਤੇ ਨੇ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਦੇਖਦੇ ਰਹੋ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਪੰਜਾਬ ਵਿੱਚ ਹੈਰੀਟੇਜ ਆਫ ਪਾਕਿਸਤਾਨ ਤੁਸੀਂ ਦੇਖ ਰਹੇ ਹੋ ਬਲਦਾਂ ਦੀ ਦੌੜ ਟੈਕਸਲਾ ਦੇ ਵਿੱਚ ਹੋਣ ਵਾਲੀ ਇਹ ਦੌੜ ਜਿਹੜੀ ਹੈ ਇਨਫਰਾਦੀ ਤੌਰ ਦੇ ਉੱਤੇ ਵੈਸੇ ਤਾਂ ਟੈਕਸਲਾ 'ਚ ਨਹੀਂ ਹੁੰਦੀ ਲੇਕਿਨ ਹੈ ਕਿ ਅੱਜ ਮੈਨੂੰ ਪਹਿਲੀ ਵਾਰ ਲਾਈਵ ਦੇਖਣ ਦਾ ਮੌਕਾ ਮਿਲਿਆ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਦੇਖਦੇ ਰਹੋ ਹੈਰੀਟੇਜ ਆਫ ਪਾਕਿਸਤਾਨ ਐਂਡ ਪੰਜਾਬ ਪੇਜ ਸ਼ਾਹਿਦ ਵੀ ਖਲੋਤੇ ਨੇ ਮੇਰੇ ਨਾਲ ਇੱਕ ਬਲਦਾਂ ਦੀ ਜੋੜੀ ਇੱਕ ਤਲਵਾਰ ਕਮਾਨੀ ਦੀ ਚਲੋ ਇਹੀ ਤਾਂ ਚੀਜ਼ਾਂ ਨੇ ਕਲਚਰ ਦੀਆਂ ਇਹ ਤਾਂ ਦੇਖਣ ਵਾਲੀਆਂ ਨੇ